ਪਟਿਆਲਾ ਜੇਲ੍ਹ ਵਿੱਚ ਬੰਦ ਇੱਕ ਹਵਾਲਾਤੀ ਅਮਰਜੀਤ ਸਿੰਘ ਦੀ ਮੌਤ ਤੋਂ ਬਾਅਦ ਪਰਿਵਾਰ ਨੇ ਪੁਲਿਸ ਤੇ ਅਮਰਜੀਤ ਨੂੰ ਮਾਰ ਕੁਟਾਈ ਦਾ ਆਰੋਪ ਲਗਾਇਆ ਹੈ। ਅਮਰਜੀਤ ਸਿੰਘ ਨੂੰ ਉਸਦੇ ਪਿੰਡ ਵਿੱਚੋਂ 25 ਤਰੀਕ ਨੂੰ ਹਰਿਆਣਾ ਮਾਰਕਾ ਸ਼ਰਾਬ ਵੇਚਣ ਨੂੰ ਲੈ ਕੇ ਹਿਰਾਸਤ ਵਿੱਚ ਲਿੱਤਾ ਗਿਆ ਸੀ। 28 ਨੂੰ ਅਮਰਜੀਤ ਦੇ ਰਿਸ਼ਤੇਦਾਰਾਂ ਨੂੰ ਪਤਾ ਚੱਲਿਆ ਕਿ ਉਸ ਨੂੰ ਪਟਿਆਲਾ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਹੈ, ਪਰ ਜਦੋਂ ਪਟਿਆਲਾ ਜੇਲ੍ਹ ਪਹੁੰਚੇ ਤਾਂ ਤਬੀਅਤ ਠੀਕ ਨਾ ਹੋਣ ਦਾ ਹਵਾਲਾ ਦਿੰਦੇ ਹੋਏ ਉਹਨਾਂ ਨੇ ਦੱਸਿਆ ਕਿ ਉਸ ਨੂੰ ਰਜਿੰਦਰਾ ਹਸਪਤਾਲ ਦਾਖਲ ਕਰਵਾਇਆ ਗਿਆ, ਪਰ ਜਿਸ ਦੀ ਅੱਜ ਮੌਤ ਹੋ ਗਈ। ਜੇਲ੍ਹ ਤੋਂ ਜੀ ਅਮਰੀਕ ਸਿੰਘ ਸੀ ਜੀ ਨਾਮ ਇਹਦਾ। ਇਸ ਨੂੰ ਜੀ ਮੈਂ ਤਾਂ ਆਪ ਰੈਸਟ ਕੱਟ ਕੇ ਗਿਆ ਸੀ ਛੁੱਟੀ, ਅਤੇ ਮੁਨਸ਼ੀ ਜਿਹੜੇ ਜੀ ਜੇਲ੍ਹ ਦੇ ਆਪਣੇ ਡਿਊਟੀ ਬੁੱਕ ਨੇ ਉਹਨਾਂ ਨੇ ਫੋਨ ਕੀਤਾ ਵੀ ਕਹਿੰਦੇ ਵੀ ਬੰਦਾ ਬਿਮਾਰ ਆ, ਤੁਸੀਂ ਨਾਲ ਦੀ ਨਾਲ ਲੈ ਜਾਓ। ਅੰਦਰੋਂ ਜੀ ਇਹਨੂੰ ਲੈ ਕੇ ਆਏ ਹਾਂ ਅਤੇ ਡਿਊਟੀ 'ਚੋਂ ਜੀ, ਅਤੇ ਨਾਲ ਦੀ ਨਾਲ ਐਂਬੂਲੈਂਸ 'ਚ ਬਿਠਾਇਆ ਅਤੇ ਲੈ ਆਏ ਹਾਂ ਉਰੇ ਸਿੱਧਾ। ਨਹੀਂ ਜੀ ਨਹੀਂ, ਕੋਈ ਅੰਦਰ ਕੋਈ ਲੜਾਈ ਵਗੈਰਾ ਨਹੀਂ ਹੋਈ। 25 ਤਰੀਕ ਨੂੰ ਚੱਕ ਕੇ ਲੈ ਗਏ, ਸਾਨੂੰ ਕੁਛ ਨਹੀਂ ਪਤਾ ਵੀ ਕਿਵੇਂ ਕੀ ਹੋਇਆ ਕੀ ਨਹੀਂ, ਨਾ ਕੁਛ ਘਰ ਮਿਲਿਆ ਜੀ ਕੁਛ, ਕਿ ਕੋਈ ਦੁਕਾਨਦਾਰੀ ਕਰਾ ਜੀ, ਕਿਹਨੂੰ ਸ਼ਿਕਾਇਤ ਕਰ ਰਹੀ ਕੀ, ਸਾਨੂੰ ਕੁਛ ਨਹੀਂ ਪਤਾ ਵੀ ਦਾਰੂ ਵੇਚਦਾ ਸੀ ਇਹ, ਤਾਂ ਚੱਕ ਕੇ ਲੈ ਗਏ ਜੀ। ਹਾਂ ਤਾਂ ਲੈ ਕੇ ਗਏ ਕਹਿੰਦੇ ਜੀ। ਹਾਂ ਮੈਂ ਜੀ ਆਪਣਾ 28 ਤਰੀਕ ਨੂੰ ਉਰੇ ਆਇਆ ਸੈਂਟਰ 'ਚ ਮੈਂ ਜਮਾਨਤ ਕਰਾਉਣ ਵਾਸਤੇ ਜੀ। ਅੱਗੇ ਕਹਿੰਦੇ ਵੀ ਮੈਂ ਸੈਨ ਕਰਾਉਣੇ ਹੈਗਾ, ਚਲ ਸੈਨ ਗਏ ਅੱਗੇ ਕਹਿੰਦੇ ਉਰੇ ਹੈ ਨਹੀਂ ਉਹ ਤਾਂ ਉਰੇ ਪਿਆ ਜੀ ਰਜਿੰਦਰਾ ਹਸਪਤਾਲ 'ਚ। ਉਰੇ ਆਇਆ ਜੀ ਦੇਖੋ ਬੁਰਾ ਹਾਲ ਜੀ, ਮੈਂ ਬੋਲ ਨਾ ਨਹੀਂ ਸਕਦਾ, ਕੋਈ ਨਾ ਕੋਈ ਨੂੰ ਪਛਾਣਦਾ ਜੀ, ਸੱਟਾਂ ਲੱਗੀਆਂ ਜੀ। ਪੁਲਿਸ ਤਾਂ ਕੁਛ ਨਹੀਂ ਕਹਿੰਦੀ, ਕਹਿੰਦੀ ਤਾਂ ਬਿਮਾਰ ਸੀ ਤਾਂ ਲੈ ਕੇ ਆਇਆ, ਬਸ ਇਹ ਗੱਲ ਕਹਿੰਦੀ ਜੀ। ਹਾਂ ਜੀ ਹਾਂ ਸੱਟਾਂ ਲੱਗੀਆਂ ਜੀ, ਹਾਂ ਜੀ ਹਾਂ ਸਿਰ 'ਤੇ ਸੱਟ ਲੱਗੀ ਜੀ, ਅੱਖਾਂ ਜਿਵੇਂ ਕਾਲੀ ਹੋ ਰਹੀਆਂ ਜਿਵੇਂ, ਹੈਂ ਆਹ ਸਾਈਡ 'ਚ ਵੀ ਇੱਕ ਲੀਲ ਪੈ ਰਿਹਾ ਜੀ। ਹਾਂ ਜੀ ਮੈਂ ਦੇਖਿਆ ਜੀ ਕੱਢ ਕੇ ਕਮੀਜ਼। ਹਾਂ ਜੀ ਸਾਨੂੰ ਤਾਂ ਕੁਛ ਨਹੀਂ ਪਤਾ ਪੁਲਿਸ ਵਾਲਿਆਂ ਨੇ ਕਿੱਥੇ ਠੇਕੇਦਾਰਾਂ ਨੇ ਕੀਤੀ ਆ, ਕੀਤੀ ਹੈ ਜੀ ਕੁੱਟਮਾਰ। ਪਟਿਆਲਾ ਤੋਂ SM1 ਨਿਊਜ਼ ਲਈ ਬਲਜੀਤ ਸ਼ਰਮਾ ਦੀ ਰਿਪੋਰਟ।